ਸਹਾਫ਼ੀ ਨੇ ਮੌਲਾਨਾ ਫਜ਼ਲ ਉਰ ਰਹਿਮਾਨ ਨੂੰ ਪੁੱਛਿਆ, ਤੁਹਾਡੇ ਹੱਥ ਚ ਹਰ ਟਾਈਮ ਤਸਬੀਹ ਹੁੰਦੀ ਹੈ, ਤੁਸੀਂ ਕੀ ਪੜ੍ਹਦੇ ਹੋ? ਮੌਲਾਨਾ ਸਾਹਿਬ, ਮੈਂ ਆਇਤਲ ਕੁਰਸੀ ਪੜ੍ਹਦਾ। ਸਹਾਫ਼ੀ, ਇੰਨੀ ਲੰਬੀ ਆਇਤਲ ਕੁਰਸੀ ਆ, ਤੁਸੀਂ ਤੇ ਫਟਾਫਟ ਦਾਣੇ ਸਿੱਟ ਦਿੰਦੇ ਹੋ। ਅੱਗੋਂ ਫਜ਼ਲ ਉਰ ਰਹਿਮਾਨ ਸਾਹਿਬ, ਦਰਅਸਲ ਵਕਤ ਦੀ ਕਮੀ ਤੇ ਮੌਜੂਦਾ ਹਾਲਾਤ ਦੀ ਵਜ੍ਹਾ ਤੋਂ ਕੁਰਸੀ ਕੁਰਸੀ ਪੜ੍ਹਦਾ ਰਹਿਣਾ। ਇੱਕ ਬੰਦਾ ਜੰਗਲ ਚ ਜਾ ਰਿਹਾ ਸੀ, ਅੱਗੋਂ ਇੱਕ ਸ਼ੇਰ ਸਾਹਮਣੇ ਆ ਗਿਆ। ਸ਼ੇਰ ਨੇ ਕਿਹਾ, ਓਏ ਅੱਜ ਮੈਂ ਤੇਰਾ ਖੂਨ ਪੀਵਾਂਗਾ। ਬੰਦੇ ਨੇ ਆਪਣੇ ਵੱਲੋਂ ਚਲਾਕੀ ਕੀਤੀ ਤੇ ਸ਼ੇਰ ਨੂੰ ਕਿਹਾ ਕਿ ਮੇਰਾ ਖੂਨ ਠੰਡਾ ਵਾ, ਮੇਰੇ ਪਿੱਛੇ ਇੱਕ ਹੋਰ ਬੰਦਾ ਆ ਰਿਹਾ, ਉਹਦਾ ਖੂਨ ਗਰਮ ਆ। ਸ਼ੇਰ, ਨਹੀਂ ਤੂੰ ਰਹਿਣ ਦੇ, ਅੱਜ ਮੇਰਾ ਦਿਲ ਕੋਲਡ ਡਰਿੰਕ ਨੂੰ ਕਰ ਰਿਹਾ। ਮਰੀਜ਼ ਦਾ ਮਾਮੂਲੀ ਜਿਹਾ ਆਪਰੇਸ਼ਨ ਕੀਤਾ ਤੇ 10 ਲੱਖ ਰੁਪਏ ਮੰਗ ਲਿਆ। ਮਰੀਜ਼ ਬੜਾ ਹੈਰਾਨ ਹੋਇਆ, ਉਹਨੇ ਕਿਹਾ, ਡਾਕਟਰ ਸਾਹਿਬ, ਇੰਨੇ ਪੈਸਿਆਂ ਨਾਲ ਆਪਰੇਸ਼ਨ ਤੇ ਕੀ ਨਵੀਂ ਗੱਡੀ ਆ ਜਾਂਦੀ ਏ? ਅੱਗੋਂ ਡਾਕਟਰ ਤੇ ਸਾਲ ਆ, ਉਹੀ ਤੇ ਮੈਂ ਲੈਣੀ ਏ। ਬੀਵੀ ਆਪਣੇ ਖਾਵੰਦ ਨੂੰ, ਜੇ ਅਗਰ 2-4 ਦਿਨ ਮੈਂ ਤੁਹਾਨੂੰ ਨਜ਼ਰ ਨਾ ਆਵਾਂ ਤੇ ਤੁਹਾਨੂੰ ਕਿੱਦਾਂ ਲੱਗੇਗਾ? ਅੱਗੋਂ ਖਾਵੰਦ ਖੁਸ਼ ਹੋ ਕੇ ਬੋਲਿਆ, ਜੀ ਮੈਨੂੰ ਬੜਾ ਅੱਛਾ ਲੱਗੇਗਾ। ਬਸ ਇਹ ਗੱਲ ਕੀਤੀ ਏ ਤੇ ਖਾਵੰਦ ਨੂੰ ਥੋੜੀ ਦੇਰ ਬਾਅਦ ਆਪਣੀ ਬੀਵੀ ਨਜ਼ਰ ਨਹੀਂ ਆਈ। 1 ਦਿਨ 2 ਦਿਨ 4 ਦਿਨ 5 ਦਿਨ ਹੋ ਗਿਆ ਉਹਨੂੰ ਬੀਵੀ ਨਜ਼ਰ ਨਹੀਂ ਆਈ। ਅਖੀਰ 6ਵੇਂ ਦਿਨ ਉਹਦੀ ਅੱਖਾਂ ਦੀ ਸੋਜ ਥੋੜੀ ਜਿਹੀ ਘਟੀ ਤੇ ਫਿਰ ਉਹਨੂੰ ਬੀਵੀ ਨਜ਼ਰ ਆਈ। ਟੀਚਰ ਸਟੂਡੈਂਟ ਨੂੰ, ਬੇਟਾ ਇਹ ਦੱਸ ਉਹ ਕਿਹੜਾ ਡਿਪਾਰਟਮੈਂਟ ਆ ਜਿਹਦੇ ਵਿੱਚ ਔਰਤ ਨਹੀਂ ਕੰਮ ਕਰ ਸਕਦੀ? ਬੱਚਾ, ਜੀ ਫਾਇਰ ਬ੍ਰਿਗੇਡ। ਮਿਸ ਨੇ ਪੁੱਛਿਆ, ਉਹ ਕਿਉਂ? ਅੱਗੋਂ ਬੱਚਾ, ਮਿਸ ਕਿਉਂਕਿ ਔਰਤ ਦਾ ਕੰਮ ਅੱਗ ਬੁਝਾਉਣਾ ਨਹੀਂ, ਅੱਗ ਲਾਉਣਾ ਵਾ। ਫੇਲ ਹੋ ਗਿਆ ਤੇ ਉਹਦੇ ਅੱਬੇ ਨੇ ਕਿਹਾ, ਓਏ ਸ਼ਰਮ ਕਰ ਤੇ ਹਮਸਾਇਆਂ ਦੀ ਗੁੜੀਆਂ ਨੂੰ ਵੇਖ ਜਿਹਨੇ ਪਹਿਲੀ ਪੋਜੀਸ਼ਨ ਲਈ ਆ। ਅੱਗੋਂ ਮੁੰਡਾ, ਅੱਬਾ ਜੀ ਹੋਰ ਕਿੰਨਾ ਕੁ ਵੇਖਾਂ ਉਹਨੂੰ ਵੇਖ ਵੇਖ ਕੇ ਤਾਂ ਫੇਲ ਹੋਇਆ। ਇੱਕ ਲੜਕੀ ਆਪਣੇ ਸ਼ੋਹਰ ਨੂੰ, ਤੁਹਾਨੂੰ ਯਾਦ ਹੈ ਅਸੀਂ ਪਹਿਲੀ ਦਫਾ ਕਦੋਂ ਮਿਲੇ ਸੀ? ਸ਼ੋਹਰ, ਹਾਂ ਜੀ ਮੈਨੂੰ ਯਾਦ ਆ, ਜਦੋਂ ਟ੍ਰੇਨ ਰੁਕੀ ਸੀ ਤੂੰ ਖਿੜਕੀ ਖੋਲੀ, ਸਾਡੀਆਂ ਨਜ਼ਰਾਂ ਮਿਲੀਆਂ ਤੇ ਮੈਂ ਹੱਥ ਵਧਾ ਕੇ ਕਿਹਾ ਕਿ ਅੱਲਾ ਦੇ ਨਾਂ ਤੇ ਕੁਛ ਦੇ।